ਜ਼ਿਲ੍ਹਾ ਦੇ ਤਲਵੰਡੀ ਰੋਡ ਦੇ ਉੱਤੇ ਪੈਂਦੇ ਪਿੰਡ ਮਹਿਲਾਵਾਲਾ ਦੇ ਨਜ਼ਦੀਕ ਸੜਕ ਦੇ ਉੱਤੇ ਇੱਕ ਜਲੀ ਹੋਈ ਲਾਸ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਥਾਣਾ ਸਦਰ ਜ਼ਿਲ੍ਹਾ ਦੇ SHO ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਦੇ ਉੱਤੇ ਇਤਲਾਹ ਦਿੱਤੀ ਸੀ ਕਿ ਜ਼ਿਲ੍ਹਾ ਦੇ ਤਲਵੰਡੀ ਰੋਡ ਦੇ ਉੱਤੇ ਪੈਂਦੇ ਪਿੰਡ ਮਹਿਲਾਵਾਲਾ ਦੇ ਨਜ਼ਦੀਕ ਸੜਕ ਦੇ ਉੱਤੇ ਇੱਕ ਸੜੀ ਗਲੀ ਲਾਸ਼ ਉਨ੍ਹਾਂ ਨੂੰ ਬਰਾਮਦ ਹੋਈ ਹੈ, ਜਿਸ ਦੇ ਉੱਤੇ ਪੁਲਿਸ ਨੇ ਮੌਕੇ ਵਾਰਦਾਤ ਦੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦੀ ਹਾਲਤ ਇੰਨੀ ਖਰਾਬ ਹੈ ਕਿ ਉਸ ਦੀ ਪਹਿਚਾਣ ਕਰਨੀ ਕਾਫੀ ਮੁਸ਼ਕਿਲ ਹੈ। ਸਾਨੂੰ ਥਾਣੇ ਬਜਰੀਆ ਟੈਲੀਫੋਨ ਤਲਾਹ ਮਿਲੀ ਕਿ ਜ਼ਿਲ੍ਹਾ ਤੋਂ ਤਲਵੰਡੀ ਭਾਈ ਨੈਸ਼ਨਲ ਹਾਈਵੇ 'ਤੇ ਪਰਾਲੀ ਨੂੰ ਅੱਗ ਲੱਗੀ ਹੋਈ ਆ ਅਤੇ ਜਿਹਦੇ ਵਿੱਚ ਕੋਈ ਡੈੱਡ ਬੋਡੀ ਮਿਲ ਕੇ ਜਲ ਰਹੀ ਹੈ। ਜਦੋਂ ਅਸੀਂ ਮੌਕੇ 'ਤੇ ਦੇਖਿਆ ਡੈੱਡ ਬੋਡੀ ਨੂੰ ਪੜਤਾਲ ਵਾਸਤੇ ਕਬਜ਼ਾ ਵਿੱਚ ਲੈ ਲਿਆ ਵਾ ਅਤੇ ਸ਼ਨਾਖਤ ਹੋਣ ਤੋਂ ਬਾਅਦ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ। ਸਰ ਕੋਈ ਦੋਸ਼ੀ ਦੀ ਇਹਦੀ ਜਿਹੜਾ ਪੀੜਤ ਸੜਿਆ ਉਹਦੀ ਕੋਈ ਸ਼ਨਾਖਤ ਹੋਈ ਹੈ? ਨਹੀਂ, ਦੋਸ਼ੀਆਂ ਦੀ ਕੋਈ ਸ਼ਨਾਖਤ ਨਹੀਂ ਹੋਈ ਅਤੇ ਨਾ ਹੀ ਕੋਈ ਡੈੱਡ ਬੋਡੀ ਦੀ ਸ਼ਨਾਖਤ ਹੋਈ। ਇਹ ਸਰ ਲੇਡੀਜ਼ ਦੀ ਹੈ ਜਾਂ ਜੈਂਟਸ ਦੀ ਹੈ? ਇਹ ਜੈਂਟਸ ਦੀ ਹੈ, ਜੈਂਟਸ ਦੀ ਲਾਸ਼। ਜ਼ਿਲ੍ਹਾ ਤੋਂ ਸਤੀਸ਼ ਵਿਜ ਦੀ ਰਿਪੋਰਟ।